कुम दोस्तों क्या हाल है खैर ठीक हो अजडे आल्ते भा भा पाया तो दिखेन जे के बदमाशी लाई पैन ये बिल लाजमी चैक किया करो क्यों के हो सकता है बिल तो ही गलत हो तो रे एक सौ बैठ जून का रेट ला रखने ने सोलह इशारिया चौबीस सतारा रुपए उस तू बाद हाल की फ्यूल एडजस्टमेंट खत्म थी गई है 1998 ਰੁਪਏ ਫਿਊਲ ਅਡਜਸਟਮੈਂਟ ਪਾਈ ਨੇ ਉਸ ਤੋਂ ਬਾਅਦ ਇਹਦੇ ਘਣ 2363 ਰੁਪਏ ਬਾਣ ਕੇ ਤੇ ਟੋਟਲ 6000 ਰੁਪਿਆ ਬਿਲ ਬਣਾ ਰੱਖਾ ਨੇ ਉਸ ਤੋਂ ਬਾਅਦ ਅਸਾਂ ਗਾਇਆ ਅਜਵਾੜੇ ਵਾਲੇ ਦਫ਼ਤਰ ਬਾਣ ਕੇ ਚੈੱਕ ਕਰਵਾ ਉਹਨਾਂ ਆਖੇ ਜੀ ਇਹ ਦੇਖੋ ਨਾ ਅਖੇ ਤਵਾਰੀਆਂ ਅਗਸਤ ਪਿਛਲੇ ਅਗਸਤ ਸਤੰਬਰ ਤੇ ਅਕਤੂਬਰ ਇਹ ਚਨਾ ਇਹ ਜੀ ਦੋ ਸੌ ਸਤੱਤਰ ਅਤੇ ਦੋ ਸੌ ਇਕਾਨਵੇਂ ਯੂਨਿਟ ਆਈ ਹੈ ਇਸ ਵਜ੍ਹਾ ਤੋਂ ਕਿ ਆਹ ਦਿਨ ਤੁਹਾਡਾ ਬਿੱਲ ਜ਼ਿਆਦਾ ਆਇਆ ਅਤੇ ਮੈਂ ਆਖਿਆ ਫਿਊਲ ਐਡਜਸਟਮੈਂਟ ਕਿਉਂ ਪਾਈ ਨੇ ਆਖੇ ਜੂਨ ਵਿੱਚ ਨਾ ਜੀ ਤੁਹਾਡੇ ਜੀ ਦੋ ਸੌ ਸਤਾ ਮਾਈ ਚ ਸੋਰੀ ਮਾਈ ਅਤੇ ਜੂਨ ਨੇ ਜਿਹੜਾ ਬਿੱਲ ਹੈ ਨਾ ਉਹ ਜੀ ਤੁਹਾਡੀਆਂ ਦੋ ਸੌ ਸਤਾਵੀ ਯੂਨਿਟਾਂ ਸੜੀਆਂ ਹੋਈਆਂ ਅਤੇ ਦੋ ਸੌ ਹੇਕ ਇਸ ਵਜ੍ਹਾ ਤੋਂ ਨਾ ਅਸਾਂ ਤੁਹਾਡਾ ਫਿਊਲ ਅਡਜਸਟਮੈਂਟ ਦੁਬਾਰਾ ਲਾਈਏ ਹਾਲੇ ਕਿ ਇਨ ਬਿਲਾਂ ਨਾਲ ਅਸਾਂ ਫਿਊਲ ਅਡਜਸਟਮੈਂਟ ਤਾਰੀ ਆਈ ਵਾ ਮੈਂ ਆਖਿਆ ਯਾਰ ਇਹ ਤਾਂ ਬਈ ਤਾਰੀ ਹੋਈ ਉਹਨਾਂ ਨੇ ਮੈਂ ਬਿੱਲ ਲਿਖਾਇਆ ਭਈ ਇਹ ਦੇਖੋ ਇਹ ਫਿਊਲ ਅਡਜਸਟਮੈਂਟ ਲੱਗ ਕੇ ਆਈ ਪਈਏ ਵਾ ਤੁਨਾ ਆਖੇ ਜੀ ਤੁਹਾਡਾ ਜੀ ਇਹ ਲੋਡ ਇਹ ਇਹ ਦੇ ਦੇ ਪਾਇਆ ਹੋਵੇ ਇਹ ਵਾਲਾ ਜਿਹੜਾ ਲੋਡ ਹੈ ਭਈ ਤਰਾਏ ਕਿ ਉਹ ਆਧਿਆਨ ਤਰਾਏ ਕਿਲੋਵਾਟ ਨਾ ਆਖ ਚਲੋ ਠੀਕ ਹੈ ਏ ਮੈਂ ਆਖਿਆ ਇਸ ਨਾਲ ਤਾਂ ਯਾਰ ਤੁਹਾਡਾ ਮਸਲਾ ਹੀ ਕੋ ਨਹੀਂ ਇਸ ਦੀ ਇਸ ਦੀ ਨਿਸਬਤ ਤਤਵਾ ਇਸ ਨਾਲ ਮਤਲਬ ਹੈ ਯੂਨਟਾਂ ਦਾ ਜਿੰਨਾ ਜ਼ਿਆਦਾ ਲੋਡ ਵਧੇ ਉਤਨੀ ਜ਼ਿਆਦਾ ਯੂਨਟਾਂ ਸੜਸਣ ਵਧ ਪਿਆ ਦੇ ਨਾ ਕਹਨਾਈ ਜੀ ਆ ਕਿ ਹੁਣ ਜੀ ਤੁਸੀਂ ਐਸ ਡੀਓ ਕੋ ਲਗੇ ਵਣੋ ਐਸ ਡੀਓ ਕੋ ਲਗਿਆ ਹਾਂ ਸਾ ਕਹਨਾਈ ਜੀ ਤੁਸੀਂ ਸਵਾਰ ਨੂੰ ਆਵਾਇ ਉਸ ਤੋਂ ਬਾਅਦ ਮੈਂ ਤੁਹਾਨੂੰ ਦੂਜਾ ਬਿੱਲ ਲਿਖਵੈਣਾ ਇਹ ਹੁਣ ਇਹ ਬਿੱਲ ਲੇਖੋ 196 ਯੂਨਟੇ ਰੇਟ ਇਸਾ ਠੀਕ ਲੱਗਾ ਹੋਇਆ ਹੈ ਠੀਕ ਹੈ ਉਸ ਤੋਂ ਬਾਅਦ ਅਗਸਤ ਦੇ ਚ ਇਹਦੀਆਂ ਸੜੀਆਂ ਪਈਆਂ ਜੀ 254 ਹੁੰਟਾਂ ਇਸ ਤੇ ਇਸ ਦੇ ਬਾਰੇ ਗੱਲ ਕੀਤੀਏ ਇਹਨਾਂ ਆਦੇ ਪੈਨਾ ਕਿ ਜੀ ਇਸ ਬਿੱਲ ਦਾ ਹੋਰ ਹਿਸਾਬ ਹੈ ਉਹ ਭਾਈ ਕੁਝ ਤਾਂ ਖੁਦਾ ਦਾ ਖੌਫ ਕਰੋ ਕੁਝ ਤਾਂ ਖੁਦਾ ਦਾ ਖੌਫ ਕਰੋ ਉਸ ਤੋਂ ਬਾਅਦ ਇਹ ਦੇਖੋ 156 ਉਹ ਭਾਈ ਇਹ ਬਿੱਲ ਪਰੈਂਟੀ ਟੋਟਲ ਠੀਕ ਨਹੀਂ ਪੈ ਕਰੇ ਤੇ ਜੇ ਮਾਰੂ ਇਸ ਤੇ ਇਹਨਾਂ ਕੋਲ ਮਿਸਟੇਕਾਂ ਪਈਆਂ ਥੀਨੀਆਂ ਗਲਤੀਆਂ ਪਈਆਂ ਥੀਨੀਆਂ ਇਥੇ ਫਿਊਲ ਅਡਜਸਟਮੈਂਟ ਲਾਈਨ ਹੈ ਖਲੋ ਸੌਰੀ ਇੱਕ ਮਿੰਟ ਇਥੇ ਫਿਊਲ ਅਡਜਸਟਮੈਂਟ ਲਾਈਨ ਹੈ 67.8 ਰੁਪਏ ਉਸ ਤੋਂ ਬਾਅਦ ਇਹਦੇ ਇਹਨਾਂ ਫਿਊਲ ਅਡਜਸਟਮੈਂਟ ਹੀ ਕੋ ਨਹੀਂ ਪਾਈ 67 ਤੇ 2291 ਰੁਪਏ ਉਹ ਵਿੱਚ ਐਡ ਨਹੀਂ ਕੋਨੇ ਨੇ ਕੀਤਾ ਇਹਦੇ ਠੀਕ ਹੈ ਤੇ ਉਸ ਤੋਂ ਬਾਅਦ ਇਹ ਦੇਖੋ ਆ ਕਿ ਜੀ ਤੁਹਾਡੀਆਂ ਜੀ 385 ਜਿਹੜੇ ਬਿਲ ਤੇ ਉਦੇ ਹੀ ਹਨ ਉਦੇ ਖੜੇ ਨੇ ਉਸ ਪਾਸੇ ਇਹ ਨੇ ਨਾਂਦੇ ਉਸ ਤੋਂ ਬਾਅਦ ਇਹ ਜ਼ ਲੋਡ ਦੇਖੋ ਜੀ ਆ ਦਿਨ ਜੀ 1.5 ਮੈਂ ਕਿ ਇਜ਼ਤ ਲੋਡ ਹੀ ਕੋਨੀ ਅਕੇ ਨਹੀਂ ਜੀ ਵਾਟੇ ਜ਼ਿਆਦਾ ਨਾ ਕਿ ਤੋਸਾ ਜਿਹੜਾ 3 ਫੇਸ ਮੀਟਰ ਹੋਸੀ ਮੈਂ ਕਿ ਯਾਰ ਖੁਦਾ ਦੇ ਕਰ ਤੂੰ ਡਰੋ 3 ਫੇਸ ਮੀਟਰ ਕੀ ਦਵਾ ਆ ਗਿਆ ਇਹ ਬਿਲ ਦੇਖੋ ਉਹਨਾਂ ਤੋਂ ਯੂਨਿਟ ਦਾ ਲਾਇਆ ਨੇ 11 ਰੁਪਏ ਤੇ ਸੋਉ ਯੂਨਿਟ ਦਾ ਲਾਇਆ ਨੇ 9 ਰੁਪਏ ਇਸ ਤੇ ਹੀ ਨਹੀਂ ਆਤਾਈ ਇਸ ਤੇ ਆਖੇ 1.50 ਇਸ وجہ ਤੋਂ ਇਸੇ ਮਾਈ ਚ ਜ਼ਿਆਦਾ ਆਇਆ ਹੈ ਮਾਈ ਯੂਨਟਾਂ ਦੇ ਆਦਾਂ ਆਈਆਂ ਭਾਈ ਬਿੱਲ ਆਪਣੇ ਲਾਜ਼ਮੀ ਚੈੱਕ ਕੀਤੇ ਕਰੋ ਕਿਉਂ ਕਿ ਬਹੁਤ ਸਾਰੀਆਂ ਗਲਤੀਆਂ ਕਰਦੇ ਪੈਣ ਬਿੱਲਾਂ ਦੀ ਯੂਨਟਾਂ ਮਤਲਬ ਇਹ ਤੁਹਾਡੇ ਕੋ ਲਾ ਗਈ ਇਹ ਰੀਡਿੰਗ ਇਸ ਤੋਂ ਅਗਲੀ ਰੀਡਿੰਗ ਮੈਚ ਕੀਤੀ ਕਰੋ ਦੋ ਨੰਬਰ ਹੀ ਬਲਾਂ ਪਾਈ ਥੀਂਦੀਏ ਉਮੀਦ ਕਰੇ ਨਾ ਤੁਹਾਨੂੰ ਵੀਡੀਓ ਪਸੰਦ ਆਈ ਹੋਸੀ ਖੁਦਾ হাফেজ